ਯੂਪੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਭਾਜਪਾ ਕੌਂਸਲਰ ਰਾਮ ਨਰੇਸ਼ ਨੇ ਸਿੱਖ ਨੌਜਵਾਨ ਲਖਨਊ ਨਗਰ ਨਿਗਮ ਦੇ ਕਮਿਸ਼ਨਰ IAS ਇੰਦਰਜੀਤ ਸਿੰਘ ਵਿਰੁੱਧ ਸਦਨ ਵਿੱਚ ਨਿੱਜੀ ਟਿੱਪਣੀ ਕੀਤੀ ਜੋ ਕਿ ਯੂਪੀ ਦੀ ਨੌਕਰਸ਼ਾਹੀ ਵਿੱਚ ਬੇਹੱਦ ਇਮਾਨਦਾਰ IAS ਅਫਸਰਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਨੇ ਜਿਸ ਕਾਰਨ IAS ਇੰਦਰਜੀਤ ਬਹੁਤ ਨਾਰਾਜ਼ ਹੋ ਕੇ ਸਦਨ ਛੱਡ ਕੇ ਚਲੇ ਗਏ। ਅਫਸਰ ਨਾਲ ਹੋਏ ਇਸ ਵਿਵਹਾਰ ਤੋਂ ਬਾਅਦ ਮੇਅਰ ਗੁੱਸੇ ਦੇ ਵਿੱਚ ਆ ਗਏ ਅਤੇ ਮੇਅਰ ਨੇ ਕਿਹਾ ਕਿ ਨਗਰ ਨਿਗਮ ਸਾਡੀ ਮਾਂ ਹੈ, ਤੁਸੀਂ ਮਾਂ ਦੇ ਨਾਲ ਗਲਤ ਵਿਵਹਾਰ ਕਰ ਰਹੇ ਹੋ। ਗੁੱਸੇ 'ਚ ਆਏ ਮੇਅਰ ਨੇ ਅੱਗੇ ਕਿਹਾ ਕਿ ਪੁਲਿਸ ਬੁਲਾ ਕੇ ਕੌਂਸਲਰ ਨੂੰ ਬਾਹਰ ਕੱਢੋ। IAS ਇੰਦਰਜੀਤ ਸਿੰਘ ਦੀ ਤਾਰੀਫ ਕਰਦਿਆਂ ਮੇਅਰ ਨੇ ਕਿਹਾ ਕਿ ਇੰਦਰਜੀਤ ਸਿੰਘ ਨੇ ਲਖਨਊ ਨਗਰ ਨਿਗਮ ਨੂੰ ਬੜੀ ਇਮਾਨਦਾਰੀ ਦੇ ਨਾਲ ਚਲਾਇਆ ਹੈ, ਇਸ ਕਰਕੇ ਹਰ ਕੋਈ ਉਹਨਾਂ ਦੀ ਤਾਰੀਫ ਕਰਦਾ ਹੈ ਕਿ ਉਹ ਕਦੇ ਕਿਸੇ ਤੋਂ 1 ਰੁਪਏ ਦੀ ਰਿਸ਼ਵਤ ਨਹੀਂ ਲੈਂਦੇ, ਜਿਸ ਕਰਕੇ ਠੇਕੇਦਾਰ ਤੋਂ ਲੈ ਕੇ ਆਮ ਲੋਕਾਂ ਤੱਕ ਉਹਨਾਂ ਦੀ ਤਾਰੀਫ ਕੀਤੀ ਜਾਂਦੀ ਹੈ। IAS ਇੰਦਰਜੀਤ ਨੇ ਨਗਰ ਨਿਗਮ ਕਮਿਸ਼ਨਰ ਬਣਨ ਤੋਂ ਪਹਿਲਾਂ ਗੋਰਖਪੁਰ ਦੇ ਵਿੱਚ CDO ਦੇ ਅਹੁਦੇ 'ਤੇ ਬੜੀ ਇਮਾਨਦਾਰੀ ਦੇ ਨਾਲ ਕੰਮ ਕੀਤਾ ਹੈ। ਇੰਦਰਜੀਤ ਬੇਹੱਦ ਸ਼ਾਂਤ ਸੁਭਾਅ ਦੇ ਵਿਅਕਤੀ ਨੇ, ਜਦੋਂ ਉਹਨਾਂ ਦੇ ਸਵਾਭਿਮਾਨ 'ਤੇ ਸੱਟ ਵੱਜੀ ਤੇ ਉਹ ਸਦਨ ਛੱਡ ਕੇ ਚਲੇ ਗਏ। ਯੂਪੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਭਾਜਪਾ ਕੌਂਸਲਰ ਰਾਮ ਨਰੇਸ਼ ਨੇ ਸਿੱਖ ਨੌਜਵਾਨ ਲਖਨਊ ਨਗਰ ਨਿਗਮ ਦੇ ਕਮਿਸ਼ਨਰ IAS ਇੰਦਰਜੀਤ ਸਿੰਘ ਵਿਰੁੱਧ ਸਦਨ ਵਿੱਚ ਨਿੱਜੀ ਟਿੱਪਣੀ ਕੀਤੀ ਜੋ ਕਿ ਯੂਪੀ ਦੀ ਨੌਕਰਸ਼ਾਹੀ ਵਿੱਚ ਬੇਹੱਦ ਇਮਾਨਦਾਰ IAS ਅਫਸਰਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਨੇ ਜਿਸ ਕਾਰਨ IAS ਇੰਦਰਜੀਤ ਬਹੁਤ ਨਾਰਾਜ਼ ਹੋ ਕੇ ਸਦਨ ਛੱਡ ਕੇ ਚਲੇ ਗਏ। ਅਫਸਰ ਨਾਲ ਹੋਏ ਇਸ ਵਿਵਹਾਰ ਤੋਂ ਬਾਅਦ ਮੇਅਰ ਗੁੱਸੇ ਦੇ ਵਿੱਚ ਆ ਗਏ ਅਤੇ ਮੇਅਰ ਨੇ ਕਿਹਾ ਕਿ ਨਗਰ ਨਿਗਮ ਸਾਡੀ ਮਾਂ ਹੈ, ਤੁਸੀਂ ਮਾਂ ਦੇ ਨਾਲ ਗਲਤ ਵਿਵਹਾਰ ਕਰ ਰਹੇ ਹੋ। ਗੁੱਸੇ 'ਚ ਆਏ ਮੇਅਰ ਨੇ ਅੱਗੇ ਕਿਹਾ ਕਿ ਪੁਲਿਸ ਬੁਲਾ ਕੇ ਕੌਂਸਲਰ ਨੂੰ ਬਾਹਰ ਕੱਢੋ। IAS ਇੰਦਰਜੀਤ ਸਿੰਘ ਦੀ ਤਾਰੀਫ ਕਰਦਿਆਂ ਮੇਅਰ ਨੇ ਕਿਹਾ ਕਿ ਇੰਦਰਜੀਤ ਸਿੰਘ ਨੇ ਲਖਨਊ ਨਗਰ ਨਿਗਮ ਨੂੰ ਬੜੀ ਇਮਾਨਦਾਰੀ ਦੇ ਨਾਲ ਚਲਾਇਆ ਹੈ, ਇਸ ਕਰਕੇ ਹਰ ਕੋਈ ਉਹਨਾਂ ਦੀ ਤਾਰੀਫ ਕਰਦਾ ਹੈ ਕਿ ਉਹ ਕਦੇ ਕਿਸੇ ਤੋਂ 1 ਰੁਪਏ ਦੀ ਰਿਸ਼ਵਤ ਨਹੀਂ ਲੈਂਦੇ, ਜਿਸ ਕਰਕੇ ਠੇਕੇਦਾਰ ਤੋਂ ਲੈ ਕੇ ਆਮ ਲੋਕਾਂ ਤੱਕ ਉਹਨਾਂ ਦੀ ਤਾਰੀਫ ਕੀਤੀ ਜਾਂਦੀ ਹੈ। IAS ਇੰਦਰਜੀਤ ਨੇ ਨਗਰ ਨਿਗਮ ਕਮਿਸ਼ਨਰ ਬਣਨ ਤੋਂ ਪਹਿਲਾਂ ਗੋਰਖਪੁਰ ਦੇ ਵਿੱਚ CDO ਦੇ ਅਹੁਦੇ 'ਤੇ ਬੜੀ ਇਮਾਨਦਾਰੀ ਦੇ ਨਾਲ ਕੰਮ ਕੀਤਾ ਹੈ। ਇੰਦਰਜੀਤ ਬੇਹੱਦ ਸ਼ਾਂਤ ਸੁਭਾਅ ਦੇ ਵਿਅਕਤੀ ਨੇ, ਜਦੋਂ ਉਹਨਾਂ ਦੇ ਸਵਾਭਿਮਾਨ 'ਤੇ ਸੱਟ ਵੱਜੀ ਤੇ ਉਹ ਸਦਨ ਛੱਡ ਕੇ ਚਲੇ ਗਏ। Come on, 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 come on
ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰ ਕੇ ਤਾਂਤਰਿਕ ਮੋਬਾਈਲ 9518855093 7105 98475 ਪਤਾ ਪੰਜਾਬ।